ਜੀ ਵੀ ਮਿਸਤਰੀ ਨੇ 10 ਸਾਲ ਦਵਾਈ ਲਾਇਆ ਕੰਸਟਰਕਸ਼ਨ 'ਚ, ਬਿਲਕੁਲ ਜੀ, ਬੋਰਡਿ੕ਗਲੀ ਪੇਜ ਵੀ ਕੰਮ ਕੀਤਾ, ਵੀ ਕੰਮ ਕੀਤਾ, ਪਾਈਪਲਾਈਨ ਦਾ ਕੰਮ ਸੀਗਾ ਜੀ ਆਪਣੇ ਨਾ, ਖਾਸ ਕਰਕੇ ਤਾਂ ਇਹਦੇ 16 ਸਲਾਬ ਨਹੀਂ ਆਉਂਦੀ। ਠੀਕ ਹੈ ਜੀ, ਕਿੰਨਾ ਟਾਈਮ ਹੋ ਗਿਆ ਇਹਨੂੰ ਕੰਪਲੀਟ ਹੋਈ ਨੂੰ? ਕੋਠੀ ਤਕਰੀਬਨ ਹੋ ਗਏ 2.5-3 ਸਾਲ ਜੀ। DPC 3 ਇੰਚੀ ਚੱਕ ਕੇ ਲਾਉਂਦੇ, ਉਹਦੇ ਉੱਤੇ ਪ੍ਰੋਪਰ ਆਪਾਂ ਇੱਕ SVR ਕੋਡ ਮਾਰਦੇ। ਅਸੀਂ ਪਲਾਸਟਰ ਪਾਣੀ ਵਾਲਾ ਨਹੀਂ ਲਾਉਂਦੇ ਜੀ, ਅਤੇ ਨਾ ਤਾਂ ਅਸੀਂ ਲੋਹੇ ਵਾਲਾ ਗਰਮਾਲਾ ਮਾਰਦੇ ਹਾਂ। ਠੀਕ ਹੈ, ਸਪੰਜ ਮਾਰਦੇ ਹਾਂ, ਇੱਕ ਸਪੰਜ ਆਉਂਦੀ ਗੁੱਦ ਜੀ। ਅਤੇ ਕਿਵੇਂ ਲੱਗਿਆ ਇਹਨਾਂ ਦਾ ਕੰਮ? ਬਹੁਤ ਵਧੀਆ ਜੀ। ਠੀਕ ਹੈ, ਬਹੁਤ ਵਧੀਆ, ਪੂਰੀ ਵਧੀਆ ਲੇਬਰ ਰੱਖੀ ਹੈ ਨਾਲ। ਇੱਕ ਦਿਨ ਕੋਈ ਲਾਂਭਾ ਨਹੀਂ ਆਇਆ ਜੀ, ਕਿ ਕੋਈ ਲੇਬਰ ਦਾ ਕੋਈ ਉਹ ਕੋਈ ਗਲਤ ਬੰਦਾ ਨਹੀਂ ਰੱਖਿਆ। ਆਪਾਂ ਕੋਸ਼ਿਸ਼ ਇਹ ਕਰਦੇ ਹਾਂ ਕੋਈ ਨਸ਼ੇ ਤੋਂ ਰਹਿਤ ਬੰਦਾ ਰੱਖਣ ਦੀ ਕੋਸ਼ਿਸ਼ ਕਰਦੇ ਆਪਾਂ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇੱਕ ਕਲਾਸੀਕਲ ਦੇ ਵਿੱਚ ਹਵੇਲੀ ਲੈ ਕੇ ਆਏ ਹਾਂ, ਬਹੁਤ ਸੋਹਣੀ ਬਣੀ ਆ ਅਤੇ ਪੂਰੀ ਸਮਿੰਟਡ ਹੈ। ਜ਼ਿਆਦਾਤਰ ਆਪਾਂ ਬ੍ਰਿਕ ਫੇਸ ਦੇ ਵਿੱਚ ਲੁੱਕ ਦੇਖਦੇ ਹਾਂ, ਇਹ ਪੂਰੀ ਸਾਰੀ ਜਿਹੜੀ ਬਣੀ ਹੋਈ ਆ ਪਲਸਤਰ ਹੋਈ ਹੋਈ ਆ, ਅਤੇ ਬਹੁਤ ਸੋਹਣੇ ਜੇ ਕਹਿ ਦਈਏ ਜਾਲੀਆਂ ਵਗੈਰਾ ਲੱਗੀਆਂ ਨੇ ਅਤੇ ਡਿਜ਼ਾਇਨ ਬਹੁਤ ਸੋਹਣਾ ਹੈਗਾ। ਅਤੇ ਵੀਡੀਓ ਆਪਾਂ ਸਾਰੀ ਦਿਖਾਵਾਂਗੇ ਘਰ ਪ੍ਰੋਪਰ, ਅਤੇ ਗੱਲਬਾਤ ਕਰਾਂਗੇ ਜਿਹੜੇ ਮਿਸਤਰੀ ਨੇ ਤਿਆਰ ਕੀਤੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਅਤੇ ਪਿੰਡ ਦੱਸ ਦਈਏ ਜੀ ਆਪਾਂ। ਮੇਰਾ ਨਾਮ ਭੀਮ ਸਿੰਘ ਆ। ਠੀਕ ਹੈ, ਪਿੰਡ ਰੰਡਾ ਜੀ। ਠੀਕ ਹੈ ਜੀ, ਬਾਈ ਜੀ ਕਿੰਨਾ ਸਕੁਅਰ ਫੁੱਟ ਏਰੀਆ ਦਾ ਟੋਟਲ? ਇਹਦਾ ਹੈਗਾ 42-43 ਫੁੱਟ, 43 ਫੁੱਟ ਏਰੀਆ। 43 ਫੁੱਟ ਜੀ। ਅਤੇ ਜੇ ਗੱਲ ਕਰੀ ਜੀ ਡਿਜ਼ਾਇਨ ਦੀ, ਕਲਾਸੀਕਲ ਦੇ ਵਿੱਚ ਆ ਗਿਆ, ਅੱਜ ਕੱਲ੍ਹ ਇੱਟਾਂ ਵਾਲੀਆਂ ਵੀ ਚੱਲ ਰਹੀਆਂ ਨੇ ਹਵੇਲੀਆਂ, ਲੋਕ ਇਕੱਲੀਆਂ ਇੱਟਾਂ ਹੀ ਰੱਖਦੇ ਪਲਸਤਰ ਨਹੀਂ ਕਰਦੇ, ਅਤੇ ਇਹ ਪਲਸਤਰ ਵਾਲੇ ਦਾ ਫਰਕ ਕੀ ਰਹਿੰਦਾ ਜੇ ਤੁਹਾਡੇ ਹਿਸਾਬ ਨਾਲ ਦੇਖੀਏ? ਇਹਦਾ ਫਰਕ ਤਾਂ ਇਹ ਆ ਜੀ, ਇਹਦੇ 'ਤੇ ਪਲਸਤਰ ਹੋ ਗਿਆ ਜਿਹੜੀ, ਉਹ ਦੂਸਰੀ ਇਹਦਾ ਆਪਣੀ ਭੱਠਾ ਇੱਟ ਹੈ। ਠੀਕ ਹੈ, ਜਿਹੜੀ ਦੂਸਰੀ ਇੱਟ ਹੈਗੀ ਉਹ ਦੂਸਰੇ ਭੱਠੇ ਦੀ, ਜਿਹੜੀ ਉਹ ਮਹਿੰਗੀ ਇੱਟ ਲੱਗਦੀ, ਮਹਿੰਗੀ ਇੱਟ ਲੱਗਦੀ ਹੈ। ਠੀਕ ਹੈ, ਹਾਂ, ਉਹਦੇ ਪਲਸਤਰ ਨਹੀਂ ਹੁੰਦਾ, ਪਰ ਉਹ ਖਰਾਬ ਤਾਂ ਵੀ ਨਹੀਂ ਹੁੰਦੀ ਹੁਣ? ਨਾ, ਉਹ ਵੀ ਖਰਾਬ ਨਹੀਂ। ਉਹ ਪਲਸਤਰ ਦਾ ਇਹ ਆ ਵੀ ਆਪਾਂ ਰੰਗ ਵੀ ਕਰਾਉਣਾ, ਇਹਦੇ ਰੰਗ ਵੀ ਕਰਾਉਣਾ ਜੇ ਇਹਦਾ, ਜਾਂ ਮਰਜ਼ੀ ਰੰਗ ਸਦਾਬਹਾਰ ਜੇ ਰਹਿਣਾ, ਸਦਾਬਹਾਰ ਰਹਿਣਾ। ਠੀਕ ਹੈ ਜੀ, ਹਾਂਜੀ। ਤੇ ਬਾਈ ਪੂਰਾ ਤੁਸੀਂ ਪੂਰੀ ਕੋਠੀ ਦੇ ਠੇਕਾ ਲੈਂਦੇ ਹੋ ਸਾਰੀ? ਸਾਰਾ ਜੀ। ਕੀ ਆਪਾਂ ਇਹਦੇ ਵਿੱਚ ਵੱਖਰਾ ਕੀਤਾ ਜਿਹੜਾ ਆਪਣੇ ਦਰਸ਼ਕਾਂ ਨੂੰ ਦੱਸੀਏ? ਆਪਣੇ ਨਾ ਖਾਸ ਕਰਕੇ ਤਾਂ ਇਹਦੇ 16 ਸਲਾਬ ਨਹੀਂ ਆਉਂਦੀ। ਠੀਕ ਹੈ ਜੀ, ਥੱਲੇ ਆਪਾਂ ਨਾ ਇੱਕ ਤਾਂ SVR ਕੈਮੀਕਲ ਆਉਂਦਾ। ਠੀਕ ਹੈ ਜੀ, ਉਹ ਮਾਰਦੇ ਹਾਂ, ਮਤਲਬ ਇੱਥੋਂ ਦੇਖ ਸਕਦੇ ਹਾਂ? ਹਾਂਜੀ, ਹਾਂ, ਇੱਥੋਂ ਦੇਖ ਲਓ। ਠੀਕ ਹੈ ਜੀ, ਇੱਥੇ ਦੂਸਰਾ ਆਪਾਂ ਜਿਹੜੇ ਫਾਰਸ ਦੇ ਉੱਤੋਂ ਨਾ DPC 3 ਇੰਚੀ ਚੱਕ ਕੇ ਲਾਉਂਦੇ। ਠੀਕ ਹੈ, ਪੂਰੀ ਮੋਟੀ ਲਾਉਣੀ? ਪੂਰੀ ਮੋਟੀ, 3 ਇੰਚੀ ਹੁੰਦੀ ਆ ਲੇਅਰ ਉਹਦੀ। ਠੀਕ ਹੈ ਜੀ, ਉਹਦੇ ਉੱਤੇ ਪ੍ਰੋਪਰ ਆਪਾਂ ਇੱਕ SVR ਕੋਡ ਮਾਰਦੇ ਹਾਂ। ਠੀਕ ਹੈ ਜੀ, ਦੋ ਕੋਡ ਮਾਰੇ ਜਾਂਦੇ ਨੇ, ਇੱਕ ਮੈਨਸ ਇੱਕ ਪਲੱਸ। ਠੀਕ ਹੈ ਜੀ, ਦੋ ਕੋਡ ਮਾਰ ਕੇ ਇਹਦੇ 16 ਸਲਾਬ ਨਹੀਂ ਆਉਂਦੀ। ਆਹ ਦੇਖੋ ਸਾਰੇ ਕਿਤੇ 16 ਸਲਾਬ ਨਹੀਂ। ਕਿੰਨਾ ਟਾਈਮ ਹੋ ਗਿਆ ਇਹਨੂੰ ਕੰਪਲੀਟ ਹੋਈ ਨੂੰ? ਕੁਛ ਤਕਰੀਬਨ ਹੋ ਗਏ 2.5-3 ਸਾਲ ਜੀ। 2.5-3 ਸਾਲ? ਹਾਂ, 2.5-3 ਸਾਲ 'ਚ ਤਾਂ 16 ਸਲਾਬ ਆਰਾਮ ਨਾਲ ਦੇਖ ਜਾਂਦਾ। ਹਾਂਜੀ ਹਾਂ, ਨਹੀਂ, ਆਰਾਮ ਨਾਲ ਆਉਂਦਾ। ਅਤੇ ਡਿਜ਼ਾਇਨ ਬਾਈ ਜਿਹੋ ਜਿਹਾ ਮਰਜ਼ੀ ਹੋਵੇ? ਜਿਹੋ ਜਿਹਾ ਮਰਜ਼ੀ ਜੀ। ਠੀਕ ਹੈ, ਆਹ ਤੁਸੀਂ ਦੋਸਤ ਦੇਖ ਸਕਦੇ ਹੋ। ਮੰਨ ਲਓ ਹਾਂਜੀ, ਸਾਨੂੰ ਕਹੇ ਵੀ ਤੁਸੀਂ ਬਣਾ ਦਿਓ, ਅਸੀਂ ਵੀ ਬਣਾ ਸਕਦੇ ਹਾਂ। ਜੇ ਕੋਈ ਇੰਜੀਨੀਅਰ ਤੋਂ ਕੋਈ ਆਰਟੀਟੈਕਟ ਤੋਂ ਬਣਵਾ ਕੇ ਨਕਸ਼ਾ ਦਿੰਦਾ ਕਰਾਓ ਤਾਂ ਠੀਕ ਹੈ ਜੀ, ਕਰ ਸਕਦੇ। ਮਤਲਬ ਜਿਹੋ ਜਿਹਾ ਮਰਜ਼ੀ ਨਕਸ਼ਾ ਦੇ ਦਿਓ, ਉਹ ਬਣ ਜੂਗਾ? ਬਣ ਜੂਗਾ। ਠੀਕ ਹੈ ਜੀ, ਫਿੱਟੂ ਬਿਲਕੁਲ। ਤੇ ਆਹ ਵੀ ਇੱਕ ਬਹੁਤ ਵਧੀਆ ਜੇ ਕਹਿ ਦਈਏ ਨਾ, ਹਾਂਜੀ, ਵੀ ਜ਼ਿਆਦਾਤਰ ਲੋਕ ਇੱਥੇ ਗੱਡੀਆਂ ਵਾਲਾ ਬਣਾ ਲੈਂਦੇ ਨੇ। ਹਾਂ, ਤੇ ਪਰ ਇਹ ਐਂ ਵਧੀਆ ਇੱਥੇ ਮੰਜਾ ਡਾ ਕੇ ਪਰਿਵਾਰ ਨੇ ਇੱਥੇ ਮੰਜਾ ਡਾ ਕੇ ਵਧੀਆ ਅੰਦਰ, ਉਹ ਨਹੀਂ ਕਿ ਗਰਮੈਸ਼ ਨਹੀਂ ਬਣਦੀ ਅੰਦਰ, ਠੰਡਾ ਹੁਣ ਰੂਮ ਅੰਦਰ ਠੰਡਾ ਰਹਿੰਦਾ ਕਿ ਉਹ ਧੁੱਪ ਜ਼ਿਆਦਾ ਬਿਲਕੁਲ ਠੰਡਾ। ਇਹਦਾ ਬਰਾਂਡਾ ਬਣ ਗਿਆ ਨਾ, ਇਹ ਸਾਈਡ ਤੇ ਵੀ ਗੱਡੀ ਵਾਲਾ ਬਣਦਾ ਜੀ। ਠੀਕ ਹੈ ਜੀ, ਗੱਡੀ ਖੜਾਉਣ ਵਾਸਤੇ। ਠੀਕ ਹੈ, ਠੀਕ ਹੈ ਜੀ। ਤੇ ਆਹ ਤੁਸੀਂ ਦੋਸਤੋ ਦੇਖ ਸਕਦੇ ਹੋ, ਅੰਦਰ ਦਿਖਾ ਦਈਏ ਇੱਕ ਵਾਰ। WPC ਦੇ ਡੋਰ ਲੱਗੇ ਹੋਏ ਨੇ ਸਾਰੇ, ਹਜੇ ਕੰਮ ਰਹਿੰਦਾ ਥੋੜਾ ਜਿਹਾ। ਇਹ ਅੱਜ ਇੱਧਰ ਅਸੀਂ ਆਏ ਹੋਏ ਸੀ ਤਾਂ ਕਰਕੇ ਨਾ, ਮੈਂ ਇੱਕ ਵਾਰ ਨਿਗਾਹ ਮਰਵਾ ਦਈਏ, ਜਦੋਂ ਕੰਪਲੀਟ ਹੋ ਜੂ ਨਾ ਫਿਰ ਉਦੋਂ ਦਿਖਾਵਾਂਗੇ। ਹਾਂਜੀ, ਤੇ ਹਾਂਜੀ ਬਾਈ, ਇੱਧਰ ਆ ਗਿਆ ਡਰਾਇੰਗ ਰੂਮ। ਇਹ ਡਰਾਇੰਗ ਰੂਮ ਹੈਗਾ ਜੀ। ਠੀਕ ਹੈ, ਡਰਾਇੰਗ ਰੂਮ ਹੈਗਾ ਇਹ 14x12 ਦਾ। 14x12? ਹਾਂਜੀ ਸਰ। ਠੀਕ ਹੈ ਜੀ, ਤੇ ਇੱਧਰ ਆ ਗਿਆ ਕਮਰਾ ਬੈੱਡਰੂਮ। ਇੱਧਰ 3 ਰੂਮ ਆ ਗਏ, ਮਤਲਬ ਇੱਕ ਸਿੱਧਾ ਬਾਹਰ ਨੂੰ ਵੀ ਖੁੱਲਦਾ ਹੈ, ਅੰਦਰ ਵੀ ਗੇਟ ਐਂਟਰੀ ਵੀ ਹੁੰਦੀ ਆ। ਇਹ ਕਮਰਾ ਆ ਗਿਆ ਇੱਕ। ਠੀਕ ਹੈ ਜੀ, ਤੇ ਇੱਕ ਇੱਧਰ ਆ ਸਾਈਡ ਤੇ ਕਮਰਾ ਤੇ ਨਾਲ ਸਟੋਰ ਆ ਜੀ। ਇੱਕ ਕਮਰਾ ਆ ਗਿਆ, ਇੱਕ ਸਟੋਰ ਆ ਗਿਆ। ਸਟੋਰ 9-10 ਦਾ ਸਟੋਰ ਹੈ। ਠੀਕ ਹੈ ਜੀ, ਹਾਂਜੀ। ਇਹ ਹਜੇ ਇੱਧਰ ਆ ਬਾਥਰੂਮ ਆ ਗਈ ਨਾਲ। ਠੀਕ ਹੈ ਜੀ, ਇਹਦਾ ਵਾਸ਼ਰੂਮ ਇੱਧਰ ਰਹਿ ਗਿਆ। ਹਾਂਜੀ ਹਾਂ, ਪਿੱਛੇ ਵੀ ਖੁੱਲਦਾ ਗੇਟ? ਇਹ ਪਿੱਛੇ ਵੀ ਗੇਟ ਖੁੱਲਦਾ ਜੀ, ਪਿੱਛੇ ਬੈਕ ਸਾਈਡ ਤੇ ਜਾਂਦਾ।
ਠੀਕ ਹੈ ਜੀ। ਹਾਂਜੀ ਇੱਧਰ ਕਿਚਨਾ ਕਿਚਨਾ ਜੀ। ਠੀਕ ਹੈ ਜੀ ਮਿੱਤਰੀ ਸਾਹਿਬ ਜੀ, ਹੁਣ ਗੱਲ ਕਰੀਏ ਇੱਕ ਚੀਜ਼ ਤੁਹਾਡੀ ਖਾਸ ਹੈ, ਜੇ ਮੈਂ ਇੱਧਰੋਂ ਦਿਖਾ ਦਈਏ ਪਲਸਤਰ ਬਹੁਤ ਸਾਫ਼ ਕੀਤਾ ਹੋਇਆ ਤੁਸੀਂ। ਪਲਸਤਰ ਇਹ ਕਰਦਾ ਜੀ ਬਾਈ ਜੀ, ਅਸੀਂ ਜਦੋਂ ਪਲਸਤਰ ਕਰਦੇ ਪਹਿਲੀ ਗੱਲ ਤਰਾਈ ਫੁੱਲ ਕਰਦੇ। ਅੱਛਾ ਜੀ। ਪੂਰੀ ਜਿੰਨਾ ਚਿਰ ਤਰਾਈ ਨਾ ਹੋਵੇ ਅਸੀਂ ਪਲਸਤਰ ਨਹੀਂ ਲਾਉਂਦੇ। ਦੂਸਰੀ ਗੱਲ ਇਹ ਹੈ ਅਸੀਂ ਪਲਸਤਰ ਪਾਣੀ ਵਾਲਾ ਨਹੀਂ ਲਾਉਂਦੇ ਜੀ। ਠੀਕ ਹੈ। ਜਿੰਨਾ ਆਪਾਂ ਨੂੰ ਪਲਸਤਰ ਦੇ ਵਿੱਚ ਪਾਣੀ ਲੋੜ ਹੈ ਓਨਾ ਹੀ ਲਾਉਂਦੇ ਹਾਂ ਅਸੀਂ। ਸੁੱਕਾ ਪਲਸਤਰ ਲਾਉਂਦੇ ਹਾਂ, ਮਤਲਬ ਕਿ ਸੁੱਕਾ ਨਹੀਂ ਚੜ੍ਹਾਉਂਦੇ ਉੱਤੇ। ਅੱਛਾ। ਬਿਲਕੁਲ ਵੀ ਬਾਹਲਾ ਪਾਣੀ ਲਾਉਣ ਵਾਲਾ ਮਤਲਬ ਵੀ ਫਿਰ ਖੜਦਾ ਨਹੀਂ ਵਧੀਆ, ਉਹਦੇ ਕ੍ਰੈਕ ਆਉਂਦੇ ਆ ਜੀ। ਓਕੇ। ਹਾਂ ਉਹਦੀ ਲਾਈਫ ਘੱਟ ਹੈ। ਠੀਕ ਹੈ। ਇਹਦੇ 'ਤੇ ਨਾ ਤਾਂ ਅਸੀਂ ਲੋਹੇ ਵਾਲਾ ਗਰਮਾਲਾ ਮਾਰਦੇ ਹਾਂ। ਠੀਕ ਹੈ। ਸਪੰਜ ਮਾਰਦੇ ਹਾਂ, ਇੱਕ ਸਪੰਜ ਆਉਂਦੀ ਗੁੱਦ ਜੀ, ਉਹ ਮਾਰਦੇ ਹਾਂ ਇਹਦੇ 'ਤੇ। ਅਤੇ ਇੱਕ ਅਸੀਂ ਜਦੋਂ ਇਹ ਪਲਸਤਰ ਸ਼ੁਰੂ ਕਰਦੇ ਹਾਂ ਜਿਹਦੇ ਥੱਲੇ ਨੀਚੇ ਚੰਗੀ ਤਰ੍ਹਾਂ ਬੁਰਸ਼ ਮਾਰ ਕੇ, ਤਾਰਾਂ ਵਾਲਾ ਬੁਰਸ਼ ਨਹੀਂ ਹੁੰਦਾ, ਉਹ ਮਾਰ ਕੇ ਬੁਰਸ਼ ਚੰਗੀ ਤਰ੍ਹਾਂ, ਉਦੋਂ ਬਾਅਦ ਸ਼ੁਰੂ ਕਰ ਦੇਣੀ ਪਲਸਤਰ। ਵੀ ਪ੍ਰੋਪਰ ਸਪੇਸ ਬਣਾਉਣੇ? ਪੂਰਾ ਪ੍ਰੈਸ ਸਪੇਸ। ਠੀਕ ਹੈ ਜੀ। ਇੱਕ ਮਿੱਤਰਾ ਹੁਣ ਜੇ ਮਸਾਲੇ ਦੀ ਗੱਲ ਕਰੀਏ, ਹਾਂਜੀ ਕੀ ਚੱਲਦਾ ਮਤਲਬ 3-2 ਦਾ 4-2 ਦਾ ਕੀ ਜ਼ਿਆਦਾ ਵਧੀਆ ਕਿਹੜਾ ਰਹਿੰਦਾ ਮਤਲਬ? 4-2 ਦਾ ਮਸਾਲਾ ਬਣਾਉਂਦੇ ਅਸੀਂ। ਠੀਕ ਹੈ। ਪਰ ਬਣਾਉਂਦੇ ਹਾਂ ਪ੍ਰੋਪਰ, ਮੰਨ ਲਓ ਇਹ ਨਹੀਂ ਹੈਗਾ ਵੀ ਅਸੀਂ ਖੋਲ੍ਹ ਲਿਆ ਇੱਥੇ ਗੱਟਾ ਖੋਲ੍ਹ ਲਿਆ ਸਿੜਤਾ, ਨਾ ਪੂਰਾ ਪ੍ਰੋਪਰ ਮਿਣਕੇ ਬੱਠਲ ਜਿੰਨੇ ਆਪਾਂ ਨੂੰ ਚਾਹੀਦੇ ਉਨੇ ਹੀ ਪਾਉਣੇ। ਠੀਕ ਹੈ ਜੀ। ਹਾਂਜੀ। ਇੱਦਾਂ ਹੀ ਛੱਤ ਦੇ ਜਦੋਂ ਕੰਕਰੀਟ ਅਸੀਂ ਤਾਂ ਛੱਤ ਦੇ ਪਾਉਂਦੇ ਹਾਂ, ਹਾਂਜੀ ਛੱਤ ਦੇ ਵਿੱਚ ਵੀ ਉਨੇ ਹੀ ਮਾਲ ਪਾਉਂਦੇ ਹਾਂ ਜਿੰਨਾ ਲੋੜ ਹੈ। ਅਤੇ ਇਹ ਨਹੀਂ ਹੈਗਾ ਵੀ ਆਪਾਂ ਘੋਲੂਆ ਪਾ ਦਈਏ। ਠੀਕ ਹੈ ਜੀ। ਘੋਲੂਆ ਨਹੀਂ ਪਾਉਂਦੇ, ਉਹ ਵੀ ਇੱਕ ਲੱਡੂ ਜਿਹਾ ਵੱਟਿਆ ਜਾਂਦਾ ਜਦੋਂ ਆਪਾਂ ਲੱਡੂ ਵੱਟ ਕੇ ਸਿੜ ਦਈਏ। ਠੀਕ ਹੈ। ਉੱਦਾਂ ਦਾ ਪਾਉਂਦੇ, ਵਾਈਬ੍ਰੇਟਰ ਨਾ ਪਾਉਂਦੇ। ਵਾਈਬ੍ਰੇਟਰ ਨਾਲ ਛੱਤ ਪਾਉਂਦੇ ਸਾਰੀ? ਵਾਈਬ੍ਰੇਟਰ। ਠੀਕ ਹੈ ਬਾਈ ਜੀ। ਇੱਕ ਮਿਸਤਰੀ ਸਾਹਿਬ ਹੋਰ ਜੇ ਦੋਸਤੋ ਮਤਲਬ ਗੱਲ ਕਰੀਏ ਨਾ ਜੀ, ਵੀ ਮਿਸਤਰੀ ਨੇ 10 ਸਾਲ ਦਵਾਈ ਲਾਇਆ ਕੰਸਟਰਕਸ਼ਨ। ਬਿਲਕੁਲ ਜੀ। ਵਰਟੀਕਲੀ ਪੇਜ ਵੀ ਕੰਮ ਕੀਤਾ? ਵੀ ਕੰਮ ਕੀਤਾ, ਪਾਈਪਲਾਈਨ ਦਾ ਕੰਮ ਸੀ ਜੀ ਸਾਡਾ ਉੱਥੇ। ਠੀਕ ਹੈ। ਹਾਂਜੀ। ਵਰਟੀਕਲੀ ਖਾ ਦੇ ਵਿੱਚ ਕਿਹੜੇ ਸਾਲ 'ਚ ਬਾਈ, ਕਿੰਨਾ ਟਾਈਮ ਹੋ ਗਿਆ? ਇਹ ਮੈਂ ਗਿਆ ਸੀ 97 'ਚ ਜੀ। ਅੱਛਾ ਜੀ। 97 'ਚ ਗਿਆ ਸੀਗਾ ਮੈਂ 12ਵੇਂ ਮਹੀਨੇ ਦੀ 13 ਤਰੀਕ ਨੂੰ। ਠੀਕ ਹੈ। 14 ਨੂੰ ਉੱਥੇ ਪਹੁੰਚ ਗਏ ਸੀ ਅਤੇ 15-16 ਨੂੰ ਅਸੀਂ ਆਪਦੀ ਡਿਊਟੀ 'ਚ ਮੈਨ ਕਰ ਲਈ ਸੀ ਅਤੇ ਉੱਥੇ ਲਾਏ ਮੈਂ ਲਗਾਤਾਰ 10 ਸਾਲ। ਉਹ ਤਜਰਬਾ ਹੁਣ ਪੰਜਾਬ ਦੇ ਵਿੱਚ ਤਜਰਬਾ? ਹਾਂਜੀ। ਮੇਰਾ ਇੱਕ ਨਾ ਸ਼ੌਂਕ ਸੀਗਾ ਸਰ। ਠੀਕ ਹੈ। ਵੀ ਠੇਕੇਦਾਰ ਬਣਨਾ। ਠੀਕ ਹੈ। ਪੰਜਾਬ ਦੇ ਵਿੱਚ ਜਾ ਕੇ, ਇੰਡੀਆ 'ਚ ਜਾ ਕੇ। ਠੀਕ ਹੈ। ਉੱਥੇ ਵੀ ਮੇਰਾ ਇੱਕ ਕੰਟਰੈਕਟਰ ਦੀ ਕੰਮ ਸੀ। ਠੀਕ ਹੈ। ਉੱਥੇ ਵੀ ਕੰਟਰੈਕਟਰ ਦੀ ਕੰਮ, ਉੱਥੇ ਮੈਂ ਕੰਪਨੀ ਦਾ ਕੰਟਰੈਕਟ ਸੀਗਾ, ਇੱਥੇ ਹੁਣ ਸਿੱਧਾ ਆਪਣਾ ਘਰਾਂ ਨਾਲ ਹੋਇਆ, ਘਰਾਂ ਨਾਲ ਹੋ ਜਾਂਦਾ ਜੀ। ਠੀਕ ਹੈ ਜੀ। ਉੱਥੇ ਮੇਰਾ ਇੱਕ ਸ਼ੌਂਕ ਬਣ ਕੇ ਮੈਂ ਇੱਥੇ ਇੱਕ ਸ਼ੌਂਕ ਦੇ ਨਾਲ ਹੀ ਕੰਮ ਕਰਦਾ। ਠੀਕ ਹੈ ਜੀ। ਵੀ ਆਪਣਾ ਖੁਦ ਦਾ ਸ਼ੌਂਕ ਹੈ, ਇਹ ਨਹੀਂ ਹੈਗਾ ਵੀ ਆਪਾਂ ਲੇਬਰ ਲਿਆ ਕੇ ਛੱਡਤੀ। ਠੀਕ ਹੈ। ਮਾਣ ਤਾਂ ਵੈਸੇ ਲੇਬਰ 'ਤੇ ਹੁੰਦਾ ਵੀ ਆਪਾਂ ਨੂੰ ਮਾਣ ਉਹਨਾਂ 'ਤੇ ਵੀ, ਵੀ ਜ਼ਿਆਦਾ ਆਪਣੇ ਆਪਦੇ 'ਤੇ ਮਾਣ ਹੈ। ਮਾਨਸਾ ਹੋ ਗਿਆ, ਬਰਨਾਲਾ ਹੋ ਗਿਆ, ਕਰਦਿਆਂ ਨੂੰ। ਠੀਕ ਹੈ। ਇੱਥੇ ਧੌਲਾ ਪਿੰਡ ਹੈ ਇਹ ਜਿਹੜੇ ਆਪਾਂ ਖੜੇ ਹਾਂ, ਧੌਲੇ ਪਿੰਡ 'ਚ 2-3 ਕੋਠੀਆਂ ਇੱਥੇ ਬਣਾ ਤੀਆਂ। ਠੀਕ ਹੈ ਜੀ। ਅਤੇ ਇੱਥੇ ਇੱਕ ਸਕੂਲ ਬਣਾਇਆ ਜੀ ਧੌਲੇ ਪਿੰਡ ਦੀ, ਪਹਿਲਾਂ ਭੋਲਣ ਸਕੂਲ ਸੀ ਹੁਣ ਦੂਸਰਾ ਸਕੂਲ ਬਣ ਗਿਆ ਇਹ। ਠੀਕ ਹੈ। ਅਤੇ ਉਹ ਤਿਆਰ ਕੀਤਾ, ਰੈਨੋਵੇਟ ਕੀਤਾ ਉਹ ਵੀ। ਠੀਕ ਹੈ। ਅਤੇ ਜੇ ਕਿਸੇ ਨੇ ਰੈਨੋਵੇਟ ਕਰਾਉਣਾ ਹੋਵੇ ਜਿੱਦਾਂ ਕੋਈ ਵੀ ਪੁਰਾਣਾ ਮਕਾਨ ਹੈ ਉਹ ਵੀ ਆਪਾਂ ਕਰ ਦਿੰਦੇ ਹਾਂ। ਠੀਕ ਹੈ। ਹਾਂਜੀ। ਅਤੇ ਇਸ ਤੋਂ ਇਲਾਵਾ ਮਿਸਤਰੀ ਸਾਹਿਬ ਜੇ ਗੱਲ ਕਰੀਏ, ਹਾਂਜੀ, ਕੋਈ ਘਰ ਬਣਾ ਰਿਹਾ ਕਿੱਥੋਂ ਖਰਚਾ ਬਚਾ ਸਕਦਾ, ਮਜ਼ਬੂਤੀ ਜ਼ਿਆਦਾ ਕਰ ਸਕਦਾ, ਖਰਚੇ ਆਣ ਜੋ ਗੱਲਾਂ, ਕਿਉਂਕਿ ਤੁਹਾਡਾ ਤਾਂ ਰੋਜ਼ ਦਾ ਕੰਮ ਹੈ। ਹਾਂਜੀ ਹਾਂਜੀ ਸਰ। ਖਰਚਾ ਇਹ ਗੱਲ ਆਈ, ਪਹਿਲੀ ਗੱਲ ਤਾਂ ਆਪਾਂ ਨੂੰ ਖੁਦ ਜਿਹੜਾ ਠੇਕੇਦਾਰ ਬਾਈ, ਕੋਈ ਵੀ ਠੇਕੇਦਾਰ ਹੈ, ਉਹ ਕੋਸ਼ਿਸ਼ ਕਰੇ ਵੀ ਆਪਣਾ ਕੋਈ ਵੀ ਮਕਾਨਦਾਰ ਆ ਉਹਦਾ ਕੋਸ਼ਿਸ਼ ਕਰੇ ਵੀ ਆਪਾਂ ਖਰਚਾ ਘਟਾਓ। ਉਹ ਮਿਸਤਰੀ ਦੇ ਹੱਥ ਹੁੰਦੀ ਹੈ ਜੀ ਗੱਲ ਇਹ। ਠੀਕ ਹੈ। ਮਿਸਤਰੀ ਘਟਾ ਵੀ ਸਕਦਾ, ਵਧਾ ਵੀ ਸਕਦਾ। ਠੀਕ ਹੈ ਜੀ। ਕੋਸ਼ਿਸ਼ ਇਹ ਹੈ ਜਿਵੇਂ ਸਾਡੇ ਨੀਆਂ ਸ਼ੁਰੂ ਕਰਦੇ ਹਾਂ ਆਪਾਂ, ਹੈ ਨਾ, ਨੀਆਂ ਦੇ ਵਿੱਚ ਗਟਕਾ ਪਾਉਂਦੇ ਹਾਂ, ਮਿਕਸ ਕਰਕੇ ਵੀ ਗਟਕਾ ਪਾਉਂਦੇ ਹਾਂ, ਰੋੜੀ ਵੀ ਪਾਉਂਦੇ ਹਾਂ, ਹੈ ਨਾ, ਉੱਥੋਂ ਨੀਆਂ ਪੂਰੇ ਮਜ਼ਬੂਤ ਹੀ ਕਰਕੇ ਤੁਰਨਾ ਚਾਹੀਦਾ। ਉੱਥੋਂ ਨੀਆਂ ਦੇ ਮਤਲਬ 3 ਦਰ ਦਾ ਲੱਗ ਗਿਆ, 2.5 ਦੇ ਲੱਗ ਗਏ, 2 ਦੇ ਲੱਗ ਗਏ,
ਆਪਾਂ ਉਸ ਤਰ੍ਹਾਂ ਵੰਡ ਕੇ ਉੱਪਰ ਆ ਕੇ 9 ਇੰਚੀ ਲਾਉਂਦੇ ਹਾਂ ਆਪਾਂ। ਇਹਦਾ ਦੇ 1-3 ਦਾ ਲਾਉਂਦੇ ਹਾਂ, 2-1.5-2 ਦੇ ਲਾਉਂਦੇ ਹਾਂ ਜੀ, 2-2 ਦੇ ਲਾ ਕੇ, 3-4.5 ਦੇ ਲਾ ਕੇ 9 ਇੰਚੀ ਚੱਕਦੇ ਹਾਂ ਬਾਕੀ। ਠੀਕ ਹੈ ਜੀ, ਕੋਈ ਮਜ਼ਬੂਤੀ ਨਹੀਂ ਕੱਢਦੀ ਇਹਦੇ ਨਾਲ, ਵਧੀਆ ਰਹਿੰਦਾ ਜੀ ਟ੍ਰੈਕਟਰ। ਮਤਲਬ ਖਰਚਾ ਵੀ ਘੱਟਦਾ ਅਤੇ ਖਰਚਾ ਵੀ ਘੱਟ ਜਾਂਦਾ ਨਾ, ਉਹਦੇ ਵਿੱਚ ਬਾਹਲੀ ਇੱਟ ਮੇਰੇ ਹਿਸਾਬ ਨਾਲ ਦੱਬਣ ਦਾ ਕੋਈ ਬੈਨੀਫਿਟ ਨਹੀਂ ਹੈਗਾ ਜੀ। ਠੀਕ ਹੈ ਜੀ, ਅਤੇ ਪਰ ਲਾਓ 9 ਵਧੀਆ ਮਜ਼ਬੂਤ ਮਸਾਲੇ ਦੇ ਵਿੱਚ। ਠੀਕ ਹੈ, ਇਹ ਨਹੀਂ ਵੀ ਬਾਹਲੇ ਕਹਿੰਦੇ ਇੱਟ ਮਾੜੀ ਲਾ ਦਿਓ ਨਿਓ 'ਚ ਅਤੇ ਉੱਪਰ ਵਧੀਆ ਲਾ ਦਿਓ, ਨਾ ਨਾ 1 ਨੰਬਰ ਇੱਟ ਲਾਓ ਜੀ ਨਿਓ 'ਚ। ਠੀਕ ਹੈ, 1 ਨੰਬਰ ਇੱਟ ਲਾ ਕੇ ਮਜ਼ਬੂਤੀ ਫਿਰ ਹੀ ਆ ਜੀ, ਪੈਰ ਤਾਂ ਫਿਰ ਹੀ ਖੜਨਗੇ ਨਾ, ਉੱਪਰ ਕੁਛ ਮਰਜ਼ੀ ਕਰੀ ਲਓ। ਠੀਕ, 1 ਨੰਬਰ ਇੱਟ ਵਧੀਆ ਨਿਓ ਲਾ ਕੇ ਵਧੀਆ ਭਰ ਦਿਓ ਮਸਾਲੇ ਦੇ ਵਿੱਚ, ਮਤਲਬ ਕਿ ਮਜ਼ਬੂਤੀ ਰਹਿੰਦੀ ਹੈ। ਠੀਕ ਹੈ, ਉੱਪਰ ਇਹਦੇ 1 ਰੂਮ ਆ ਗਏ ਜੀ? ਹਾਂਜੀ, ਉੱਪਰ ਰੂਮ ਨੇ ਸਾਡੇ। ਠੀਕ ਹੈ ਜੀ, ਹਾਂਜੀ, ਅਤੇ ਉੱਪਰਲੇ ਸ਼ੋਟ ਲਾਵਾਂਗੇ ਜ਼ਰੂਰ, ਅਤੇ ਹੋਰ ਕੋਈ ਸੁਝਾਅ ਦੇਣਾ ਚਾਹੋ ਜੀ? ਬਸ ਮੈਂ ਤਾਂ ਇਹੀ ਕਹੂੰਗਾ ਜੀ, ਚੰਗੇ ਚੰਗੇ ਟਰੈਕਟਰ ਤੋਂ ਕੰਮ ਕਰਾਓ, ਵਧੀਆ ਕੰਮ ਕਰਾਓ, ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਜਿੱਥੇ ਨਾ ਉੱਥੇ ਵਧੀਆ ਰਹਿੰਦਾ। ਠੀਕ, ਮਾਲਕ ਦੀ ਤਸੱਲੀ ਹੋਵੇ, ਆਪਦੀ ਕੰਮ ਕਰਕੇ ਤਸੱਲੀ ਹੋਵੇ ਜੀ। ਠੀਕ ਹੈ ਜੀ, ਹਾਂਜੀ, ਅਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਜਿਵੇਂ ਆਪਣੇ ਘਰ ਦਾ ਕੰਮ ਕੀਤਾ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ, ਅਤੇ ਕਿਵੇਂ ਲੱਗਿਆ ਇਹਨਾਂ ਦਾ ਕੰਮ ਬਾਈ? ਬਹੁਤ ਵਧੀਆ ਜੀ। ਠੀਕ ਹੈ, ਬਹੁਤ ਵਧੀਆ, ਪੂਰੀ ਵਧੀਆ ਲੇਬਰ ਰੱਖੀ ਹੈ ਨਾਲ ਜੀ, ਕਿਸੇ ਨੂੰ ਕੋਈ ਸ਼ਰਾਬ ਨਾ ਜਾਂ ਕੁਛ ਨਹੀਂ ਆਉਂਦਾ ਇਹਨਾਂ ਦੇ ਹੱਥਾਂ, ਅੰਮ੍ਰਿਤਧਾਰੀ ਬੰਦੇ ਨੇ, ਬਹੁਤ ਵਧੀਆ ਜੀ। ਹੋਣ ਇੱਕ ਦਿਨ ਕੋਈ ਲਾਂਭਾ ਨਹੀਂ ਆਇਆ ਜੀ, ਕਿ ਕੋਈ ਲੇਬਰ ਦਾ ਕੋਈ ਉਹ ਕੋਈ ਗਲਤ ਬੰਦਾ ਨਹੀਂ ਰੱਖਿਆ, ਬਹੁਤ ਵੱਡੀ ਗੱਲ, ਬਹੁਤ ਆਪਦੇ ਟਾਈਮ ਨਾ ਆਉਣਾ ਟਾਈਮ ਨਾ ਜਾਣਾ ਜੀ। ਆਪਾਂ ਕੋਸ਼ਿਸ਼ ਇਹ ਕਰਦੇ ਹਾਂ ਕੋਈ ਨਸ਼ੇ ਤੋਂ ਰਹਿਤ ਬੰਦਾ ਰੱਖਣ ਦੀ ਕੋਸ਼ਿਸ਼ ਕਰਦੇ ਆਪਾਂ। ਠੀਕ ਹੈ ਜੀ, ਵੀ ਨਸ਼ਾ ਅੱਜ ਕੱਲ੍ਹ ਨਾ ਬਹੁਤ ਹੀ ਉਹ ਹੋਇਆ ਪਿਆ। ਬਿਲਕੁਲ, ਬਾਕੀ ਹੁਣ ਜਿਵੇਂ ਸਾਡੀ ਸੜਕ ਚੱਲਦੀ 24 ਘੰਟੇ ਜੀ, ਬਹੁਤ ਮੂਵੀ ਵਾਲੀ ਬਣਾ ਕੇ ਜਾਂਦੇ ਨੇ ਸਾਰੇ। ਠੀਕ ਹੈ ਜੀ, ਉਹੀ ਗੱਲ ਆ, ਕੰਮ ਸੋਹਣਾ ਕੀਤਾ ਗਾ ਤਾਂ ਦੁਨੀਆ ਵੀ ਖੜਖੜ ਦੇਖਦੀ ਹੈਗੀ, ਅਤੇ ਪਰ ਇਹ ਬਹੁਤ ਵੱਡੀ ਗੱਲ ਹੈ ਜੀ, ਇੱਕ ਚੰਗੀ ਸੋਚ ਆ ਤੁਹਾਡੀ ਵੀ, ਕਿਉਂਕਿ ਅੱਜ ਦੇ ਟਾਈਮ ਸਮਾਂ ਤਾਂ ਕਿਸੇ ਕੋਲ ਨਹੀਂ ਹੈਗਾ। ਬਿਲਕੁਲ, ਪਰ ਕੋਈ ਜੇ ਆਪਾਂ ਕਿਸੇ ਮਿਸਤਰੀ ਤੋਂ ਕੰਮ ਕਰਾਉਣੇ, ਜੇ ਉਹ ਨਸ਼ਾ ਨਹੀਂ ਕਰਦਾ, ਨਸ਼ਾ ਰਹਿਤ ਹੈ, ਤਾਂ ਸਮਾਂ ਦੀ ਕੰਮ ਵੀ ਵਧੀਆ ਹੁੰਦਾ, ਪਰਿਵਾਰ ਨਾਲ ਕੋਈ ਰੌਲਾ ਰੱਪਾ ਵੀ ਨਹੀਂ ਲੱਗਦਾ। ਪਹਿਲਾਂ ਹੁੰਦਾ ਸੀ ਇੱਕ ਵੀ ਕੰਮ ਕਰਾਇਆ, ਲੋਕ ਕਹਿੰਦੇ ਹੁੰਦੇ ਨੇ ਸ਼ਾਮ ਨੂੰ ਦਾਰੂ ਪੀ ਆਉਂਦੇ ਮਿਸਤਰੀਆਂ ਜੀ, ਵੀ ਵੱਧ ਘਾਟਾ ਵੱਧ ਲਵਾਉਣ ਦੇ ਮਾਰੇ। ਅੱਜ ਦੇ ਟਾਈਮ ਸਾਫ਼ ਸੁਥਰਾ ਕੰਮ ਹੋ ਗਿਆ, ਜਿਹੜੀ ਦਿਹਾੜੀ ਆ ਉਹ ਦਿਹਾੜੀ ਆ, ਜਿਹਨੇ ਖਾਣਾ ਪੀਣਾ ਉਹ ਆਪਦੇ 'ਚ ਖਾਊਗਾ, ਆਪਦੇ 'ਚ ਖਾਊਗਾ। ਬਿਲਕੁਲ ਬਿਲਕੁਲ ਜੀ, ਟਾਈਮ ਟੂ ਟਾਈਮ ਆਪਾਂ ਕੰਮ ਕੋਈ ਸੀ ਜੀ ਠੀਕ, ਉਹਨਾਂ ਨੂੰ ਠੇਕਾ ਹੁੰਦਾ, ਕਿਸੇ ਲੇਬਰ ਨੂੰ ਕੋਈ ਸ਼ਰਾਬ ਨਹੀਂ, ਵੀ ਤੁਹਾਨੂੰ ਦਿਹਾੜੀ ਦੇਣੀ ਹੈ, ਤੁਸੀਂ ਆਪਦਾ ਘਰੇ, ਤੁਸੀਂ ਆਪਦਾ ਘਰੇ ਜਾ ਕੁਛ ਮਰਜ਼ੀ ਕੁਛ ਕਰ ਜੇ, ਵੀ ਇੱਥੇ ਨਹੀਂ ਆਪਾਂ ਕਰਨਾ। ਬਿਲਕੁਲ ਜੀ, ਬਿਲਕੁਲ, ਇਹ ਵੀ ਬਹੁਤ ਵਧੀਆ ਗੱਲ ਹੈ। ਅਤੇ ਇਹ ਆਪਾਂ ਛੱਤ ਦੇ ਵੀ ਜਦੋਂ ਆਪਾਂ ਕੰਟੈਕਟ ਕਰਦੇ ਹਾਂ ਨਾ ਬੰਦੇ ਨਾਲ, ਉਦੋਂ ਇਹ ਗੱਲ ਕਹਿੰਦੇ ਵੀ ਆਪਾਂ ਨੂੰ ਪਿੰਡ ਵਾਲੇ ਤੁਸੀਂ 10 ਬੁਲਾਓ, 15 ਬੁਲਾਓ, 20 ਬੁਲਾਓ, ਕੋਈ ਦਿੱਕਤ ਨਹੀਂ, ਪਰ ਜਿਹੜੇ ਸਾਡੇ ਅਸੀਂ ਛੱਤ ਪਾਉਣੀ ਅਸੀਂ ਖੁਦ ਪਾਵਾਂਗੇ। ਠੀਕ ਹੈ, ਦੂਸਰੇ ਤਾਂ ਨਾ ਪਤਾ ਕੀ ਕਰਦੇ, ਕਿਸੇ ਨੇ ਬੱਠਲ ਬਰੇਤੀ ਦਾ ਮਾਰਤਾ, ਕਿਸੇ ਨੇ ਬਾਜਰੀ ਦਾ ਮਾਰਤਾ, ਕਿਸੇ ਨੇ ਸੀਮੈਂਟ ਵੱਧ ਪਾਤਾ, ਘੱਟ ਪਾਤਾ, ਉਹਦੇ ਨੁਕਸਾਨ ਆ ਜੀ ਮਾਲਕ ਦਾ। ਜਦੋਂ ਆਪਾਂ ਬਾਹਰਲੇ ਬੰਦੇ ਸੱਦ ਲੈਂਦੇ ਹਾਂ, ਆਪਦਾ ਜਿਹੜਾ ਬੰਦਾ ਸਾਡੇ ਖੁਦ ਆ, ਮਤਲਬ ਜਦੋਂ ਪੱਕਾ ਪਤਾ ਨਾ ਵੀ ਇੰਨੇ ਮਗਰ ਇੰਨੇ ਗੱਟੇ ਪੈਣੇ, ਇੰਨੇ ਮਗਰ ਇੰਨੀ ਬਰੇਤੀ ਪੈਣੀ ਆ। 7 ਬੋਰੀਆਂ ਪਾਉਣੀਆਂ ਸਰ, 7 ਬੋਰੀਆਂ 100 ਫੁੱਟ ਦੇ ਵਿੱਚ ਪ੍ਰੋਪਰ ਪੈਣੀਆਂ, 4.5 ਇੰਚ ਮਾਲ ਪਾਉਣੇ ਆਪਾਂ। ਸਰ ਜੇ ਆਪਾਂ ਕਹਿਤਾ ਵੀ ਇਹਦੇ 'ਚ 130 ਬੋਰੀਆਂ ਪੈਣੀਆਂ, 130 ਪਾਉਣੀਆਂ, 31 ਨਹੀਂ ਪੈਣੀਆਂ। ਕਿਆ ਬਾਤ ਹੈ ਜੀ, ਪਰ ਉਹੀ ਗੱਲ ਆ ਬਈ, ਤਜਰਬਾ ਤੁਹਾਡਾ 25 ਸਾਲ ਦਾ ਤੁਹਾਨੂੰ। ਹਾਂਜੀ, ਜੇ ਇਹ ਕਹਿਤਾ ਵੀ ਆਪਾਂ ਨੇ ਸਰੀਆ ਇਹਦੇ 'ਚ ਹੀ ਵੀ ਮੰਨ ਲਓ ਇਹਦੇ 'ਚ 4 ਕੁਇੰਟਲ ਸਰੀਆ ਪੈਣੀ, 4 ਹੀ ਪਊਗਾ, ਅਤੇ ਇਹ ਨਹੀਂ ਹੋਊਗਾ ਵੀ 4 ਦੇਹਾਂ 'ਤੇ 42 ਪੈ ਜੂਗਾ। ਠੀਕ ਹੈ, ਇਹ ਨਹੀਂ ਹੋਊਗਾ। ਠੀਕ, ਜਿਹੜਾ ਕਹਿਤਾ ਉਹੀ ਬਣਨਾ ਜੀ। ਅਤੇ ਲਓ ਜੀ ਦੋਸਤੋ, ਬਾਈ ਦਾ ਆਪਾਂ ਕੰਮ ਦਿਖਾਇਆ, ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਨਾ, ਜ਼ਿਆਦਾਤਰ ਆਪਾਂ ਕੰਮਾਂ ਦੇ ਵਿੱਚ ਨਾਲ ਨਾਲ ਤੁਰ ਕੇ ਦਿਖਾਉਣੇ ਆ, ਪਰ ਅਸੀਂ ਬਾਈ ਨਾਲ ਗੱਲਬਾਤ ਹੀ ਇਹ ਗੱਲ ਕਰਕੇ ਚਾਹੁੰਦੇ ਸੀਗੇ, ਕਿਉਂਕਿ ਇਹਨਾਂ ਨੇ ਦੁਬਈ ਵੀ ਕੰਮ ਕੀਤਾ ਹੈਗਾ, ਇੱਥੇ ਕੰਟਰੈਕਟਰ ਬਣੇ, ਸਭ ਤੋਂ ਵੱਡੀ ਗੱਲ ਆ ਆਪਣੇ ਸਿੱਖ ਧਰਮ ਨਾਲ ਜੁੜੇ ਹੋਏ ਨੇ, ਅਤੇ ਮਿਹਨਤੀ ਨੇ, ਪਰਿਵਾਰ ਸਾਹਮਣੇ ਦੱਸ ਰਿਹਾ ਵੀ ਕਿਵੇਂ ਨੇ ਬਾਈ, ਉਹਨਾਂ ਦਾ ਰਿਵਿਊ ਰਿਹਾ ਹੈਗਾ, ਅਤੇ ਜਿਹੜੇ ਮਿੱਤਰ ਬੇਫਿਕਰ ਕਹਿੰਦੇ ਉਹਨਾਂ ਨੇ ਇੱਕ ਤਸੱਲੀ ਵਾਲਾ ਕੰਮ ਕਰਾਉਣਾ ਚਾਹੁੰਦੇ ਆ, ਪੂਰੇ ਪੰਜਾਬ 'ਚ ਕਿਹੜਾ ਮਰਜ਼ੀ ਏਰੀਆ ਤੁਹਾਡਾ, ਤਾਂ ਬਾਈ ਨੂੰ ਯਾਦ ਕਰਦੇ ਹਾਂ, ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਆਊਗਾ ਸਰ। ਬਿਲਕੁਲ ਜੀ, ਬਿਲਕੁਲ।
ਕਿਹਾ ਕਿ ਆਪਾਂ ਵੀ ਬੈਠੇ ਹਾਂ ਕਿਉਂਕਿ ਆਪਾਂ ਨੂੰ ਵੀ ਤਸੱਲੀ ਆ ਬਾਈ ਦੇ ਕੰਮ 'ਤੇ, ਆਪਾਂ ਦੋ ਤਿੰਨ ਕੰਮ ਦੇਖੇ ਬਾਈ ਦੇ, ਬਹੁਤ ਸੋਹਣਾ ਕੰਮ ਕਰਦੇ ਨੇ। ਧੰਨਵਾਦ ਦੋਸਤੋ, ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ। ਧੰਨਵਾਦ, ਸਤਿ ਸ਼੍ਰੀ ਅਕਾਲ।